ਰਾਹੁਲ ਗਾਂਧੀ ਵੀ ਹੈ ਸਿੱਧੂ ਮੂਸੇਵਾਲੇ ਦਾ ਫੈਨ ਟਰੱਕ ਵਿੱਚ ਬੈਠ ਕੇ ਕੀਤਾ 190 ਕਿਲੋਮੀਟਰ ਦਾ ਸਫ਼ਰ ਤੈ ਗੁਣੇਸ਼ ਸਿੱਧੂ ਮੂਸੇਵਾਲਾ ਦੇ ਗਾਣੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਆਮ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਅਤੇ ਲਗਾਤਾਰ ਹੀ ਵਿਦੇਸ਼ੀ ਦੌਰੇ ਵੀ ਕਰ ਰਹੇ ਨੇ ਸੋ ਪਹਿਲਾਂ ਜਿੱਥੇ ਰਾਹੁਲ ਗਾਂਧੀ ਨੇ ਭਾਰਤ ਦੇ ਟਰੱਕ ਡਰਾਈਵਰਾਂ ਨਾਲ ਸਫ਼ਰ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ ਸਨ ਉੱਥੇ ਹੀ ਹੁਣ ਅਮਰੀਕਾ ਦੇ ਦੌਰੇ ਦੌਰਾਨ ਭਾਰਤੀ ਮੂਲ ਦੇ ਟਰੱਕ ਡਰਾਈਵਰ ਦੇ ਨਾਲ ਵਿਦੇਸ਼ੀ ਧਰਤੀ ਤੇ ਸਫ਼ਰ ਕੀਤਾ ਅਤੇ ਜਾਣਿਆ ਕਿ ਕਿਵੇਂ ਉੱਥੋਂ ਦੇ ਡਰਾਈਵਰਾਂ ਦੀ ਲਾਈਫ ਭਾਰਤ ਨਾਲੋਂ ਬਿਹਤਰ ਹੈ ਸੋ ਜਿਸ ਟਰੱਕ ਦੇ ਵਿੱਚ ਰਾਹੁਲ ਗਾਂਧੀ ਬੈਠੇ ਸਨ ਉਸ ਉਹ ਭਾਰਤੀ ਮੂਲ ਦਾ ਤਲਜਿੰਦਰ ਸਿੰਘ ਚਲਾ ਰਿਹਾ ਸੀ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਅਮਰੀਕਾ ট্রাক ਕਾਫੀ ਆਧੁਨਿਕ ਹੈ ਅਤੇ ਇਸ ਦੀ ਡਰਾਈਵਿੰਗ ਸੀਟ ਨੂੰ ਲਗਜ਼ਰੀ ਕਾਰਾਂ ਦੇ ਵਾਂਗ ਐਡਜਸਟ ਕੀਤਾ ਜਾ ਸਕਦਾ ਹੈ ਇਸ ਨੂੰ ਵੇਖਦੇ ਰਾਹੁਲ ਗਾਂਧੀ ਨੇ ਕਿਹਾ ਕਿ ਇੱਥੇ ট্রাক ਡਰਾਈਵਰਾਂ ਦੇ ਸਹੂਲਤ ਮੁਤਾਬਕ ਬਣਾਏ ਗਏ ਨੇ ਸੋ ਪਰ ਭਾਰਤ ਵਿੱਚ ਅਜੇ ਹਨ ਨਹੀਂ ਹੁੰਦਾ ਉਹਨਾਂ ਨੂੰ ਡਰਾਈਵਰਾਂ ਦੀ ਸਹੂਲਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਇਸ ਦੌਰਾਨ ਹੀ ਰਾਹੁਲ ਨੇ ট্রাক ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ট্রাক ਚਲਾ ਕੇ ਕਿੰਨਾ ਕਮਾ ਲੈਨੇ ਹੋ ਇਸ ਤੇ ਡਰਾਈਵਰ ਦਾ ਜਵਾਬ ਸੀ ਜੇਕਰ ਤੁਸੀਂ ਦੂਸਰੇ ਦਾ ਟਰੱਕ ਚਲਾਉਨੇ ਹੋ ਤਾਂ ਤੁਸੀਂ 4 ਤੋਂ 5 ਲੱਖ ਰੁਪਏ ਕਮਾ ਲੈਨੇ ਹੋ ਅਤੇ ਜੇਕਰ ਟਰੱਕ ਤੁਹਾਡਾ ਆਪਣਾ ਹੈ ਤਾਂ ਤੁਸੀਂ ਮਹੀਨੇ ਦੇ ਕਰੀਬ 8 ਲੱਖ ਰੁਪਏ ਕਮਾ ਲੈਣੇ ਹੋ ਇਹ ਜਵਾਬ ਸੁਣ ਕੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਇਹ ਫਰਕ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਡਰਾਈਵਰ ਦੂਸਰੇ ਦੇ ਟਰੱਕ ਚਲਾਉਂਦੇ ਨੇ ਇਸ ਦੌਰਾਨ ਟਰੱਕ ਡਰਾਈਵਰ ਨੇ ਰਾਹੁਲ ਨੂੰ ਪੁੱਛਿਆ ਕਿ ਤੁਸੀਂ ਗਾਣਾ ਸੁਣੋਗੇ ਇਸ ਤੇ ਰਾਹੁਲ ਕਹਿੰਦੇ ਨੇ ਹਾਂ ਲਗਾਓ ਟਰੱਕ ਡਰਾਈਵਰ ਕਹਿੰਦਾ ਹੈ ਕਿ ਸਾਡੀ ਬੇਨਤੀ ਹੈ ਰਾਹੁਲ ਜੀ ਸਿੱਧੂ ਮੁਸੇਵਾਲਾ ਦਾ ਸਾਡਾ ਕਾਂਗਰਸੀ ਵਰਕਰ ਸੀ ਉਸ ਨੂੰ ਇਨਸਾਫ ਨਹੀਂ ਮਿਲਿਆ ਸੋ ਰਾਹੁਲ ਕਹਿੰਦੇ ਨੇ ਹਾਂ ਬਿਲਕੁਲ ਉਸ ਦਾ ਗਾਣਾ ਚਲਾਓ 295 ਮੈਂ ਉਸ ਨੂੰ ਕਾਫੀ ਪਸੰਦ ਕਰਦਾ ਸੋ ਰਾਹੁਲ ਗਾਂਧੀ ਨੇ ਇਸ ਗੱਲਬਾਤ ਦਾ ਵੀਡੀਓ ਵੀ ਸ਼ੇਅਰ ਕੀਤਾ ਆਓ ਵੇਖਦੇ ਹਾਂ ਸੌਂਗ ਚਾਹੀਏ ਰਾਹੁਲ ਜੀ ਜੋ ਵੀ

हमारे ना जी एक रिक्वेस्ट है हमारा कांग्रेस का वर्कर का सिद्धू मूसेवाला उसको इंसाफ नहीं मिला रहा बिल्कुल देख लो कितनी बड़ी उसका लगा देते हैं चलते हैं जी हम मच ਦਇਆ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਟਰੱਕ ਯਾਤਰਾ ਕਰ ਚੁੱਕੇ ਨੇ ਸੋ ਫਿਰ ਉਹਨਾ ਅੰਮ੍ਰਿਤਸਰ ਦੇ ਵਿੱਚ ਟਰੱਕ ਡਰਾਈਵਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਜਾਣੀਆਂ ਸੋ ਹੁਣ ਰਾਹੁਲ ਨੂੰ ਅਮਰੀਕਾ ਵਿੱਚ ਟਰੱਕ ਦੇ ਵਿੱਚ ਸਫ਼ਰ ਕਰਦੇ ਹੋਏ ਵੇਖਿਆ ਗਿਆ ਸੋ ਰਾਹੁਲ ਨੇ ਇਹ ਯਾਤਰਾ ਟਰੱਕ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠ ਕੇ ਕੀਤੀ ਸੋ ਇਸ ਦੌਰਾਨ ਹੀ ਰਾਹੁਲ ਨੇ ਕਿਹਾ ਕਿ ਅਮਰੀਕਾ ਦੇ ਟਰੱਕ ਭਾਰਤ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਨੇ ਇਹ ਡਰਾਈਵਰ ਦੇ ਆਰਾਮ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਨੇ ਸੋ ਭਾਰਤ ਵਿੱਚ ਟਰੱਕ ਡਰਾਈਵਰ ਦੇ ਆਰਾਮ ਦੀ ਪਰਵਾਹ ਨਹੀਂ ਕਰਦੇ ਸੋ ਉਹ ਟਰੱਕ ਡਰਾਈਵਰਾਂ ਦੇ ਲਈ ਨਹੀਂ ਬਣਾਏ ਗਏ ਇਸ ਇਨਸਾਨ ਸੋ ਇਸ ਦੌਰਾਨ ਹੀ ਤਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਇੱਥੇ ਟਰੱਕ ਵਿੱਚ ਸੁਰੱਖਿਆ ਬਹੁਤ ਜ਼ਿਆਦਾ ਹੈ ਇੱਥੇ ਕੋਈ ਪੁਲਿਸ ਮੁਲਾਜ਼ਮ ਤੰਗ ਨਹੀਂ ਕਰਦਾ ਚੋਰੀ ਦਾ ਡਰ ਨਹੀਂ ਓਵਰ ਪੈਂਡਿੰਗ ਦਾ ਚਲਾਨ ਜਿਹੜਾ ਹੈ ਜਰੂਰ ਹੋਇਆ ਕੱਟਿਆ ਜਾਂਦਾ ਹੈ ਪਰ ਇਸ ਤੇ ਜਿਹੜਾ ਹੈ ਤਲਜਿੰਦਰ ਸਿੰਘ ਕਹਿੰਦੇ ਨੇ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਡਰਾਈਵਰੀ ਕਰਦੇ ਹੋ ਤਾਂ 4-5 ਲੱਖ ਆਰਾਮ ਨਾਲ ਵੰਡ ਜਾਂਦਾ ਹੈ ਤੇ ਜੇ ਖੁਦ ਟਰੱਕ ਹੈ ਤਾਂ 8 ਤੋਂ 10000 ਡਾਲਰ ਆਰਾਮ ਨਾਲ ਕਮਾ ਲੈਨੇ ਹੋ ਸੋ ਯਾਨੀ ਕਿ ਭਾਰ ਦੇ ਹਿਸਾਬ ਨਾਲ ਤੁਸੀਂ 1 ਮਹੀਨੇ ਵਿੱਚ 8 ਲੱਖ ਰੁਪਏ ਕਮਾ ਸਕਦੇ ਹੋ ਸੋ ਇਹ ਸੁਣ ਕੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ ਔਰ ਕਹਿੰਦੇ ਨੇ ਕਿ 8 ਲੱਖ ਰੁਪਏ ਇਸ ਤੇ ਟਰੱਕ ਡਰਾਈਵਰ ਕਹਿੰਦਾ ਕਹਿਣਾ ਹੈ ਕਿ ਇਸ ਇੰਡਸਟਰੀ ਵਿੱਚ ਕਾਫੀ ਪੈਸਾ ਹੈ ਇਹ ਵਿਕਲਪ ਉਨ੍ਹਾਂ ਲਈ ਚੰਗਾ ਹੈ ਜਿਨ੍ਹਾਂ ਕੋਲ ਨਿਵੇਸ਼ ਕਰਨ ਲਈ ਪੈਸਾ ਨਹੀਂ ਹੈ